ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਵੈਕਸੀਨ ਗੈਪ ਘਟਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਬੀਤੇ ਦਿਨ ਇਸ ਮੀਟਿੰਗ ਦੇ ਵਿੱਚ ਇਹ ਅਹਿਮ ਫੈਸਲਾ ਲਿਆ ਗਿਆ ਸੀ ਕੇਂਦਰ ਵੱਲੋਂ ਬੀਤੇ ਦਿਨ ਇੱਕ ਮੀਟਿੰਗ ਕੀਤੀ ਗਈ ਸੀ ਜਿਸ ਦੌਰਾਨ ਉਸਨੇ ਫੈਸਲਾ ਲਿਆ ਕਿ ਵੈਕਸੀਨ ਗੈਪ ਘਟਾਇਆ ਜਾਏ ਕੇਵਲ ਕੁਝ ਵਰਗ ਦੇ ਲੋਕਾਂ ਨੂੰ ਹੀ ਇਹ ਰਾਹਤ ਦਿੱਤੀ ਗਈ ਹੈ ਵਿਦੇਸ਼ ਪੜਾਈ ਕਰਨ ਜਾਂ ਕੰਮ ਕਰਨ ਵਾਲੇ ਲੋਕਾਂ ਨੂੰ ਇਹ ਰਾਹਤ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ 28 ਦਿਨ ਬਾਅਦ ਦੂਜੀ ਵੈਕਸੀਨ ਦੀ ਡੋਜ਼ ਲੱਗ ਸਕਦੀ ਹੈ ਕੇਵਲ ਉਹਨਾਂ ਲੋਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਗਵਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਨੇ ਵਿਦੇਸ਼ ਪੜਾਈ ਲਈ ਜਾਣਾ ਹੈ ਜਾਂ ਫਿਰ ਟੋਕੀਓ 올림픽 'ਚ ਖੇਡਣ ਵਾਲੇ ਵਿਦਿਆਰਥੀ ਜਾਂ ਉਹਨਾਂ ਦੇ ਨਾਲ ਜਾਣ ਵਾਲੇ ਸਟਾਫ ਨੂੰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾ ਜਿਹੜੀ ਵੈਕਸੀਨ ਦੀ ਦੂਜੀ ਡੋਜ਼ ਸੀ ਉਹ 84 ਦਿਨ ਬਾਅਦ ਲੱਗਦੀ ਸੀ ਹੁਣ ਇਹ 28 ਦਿਨ ਲਗੇਗੀ ਬਾਕੀ ਸਾਰੇ ਲੋਕਾਂ ਲਈ ਇਹ ਕੋਈ ਵੀ ਰਾਹਤ ਵਾਲੀ ਖਬਰ ਨਹੀਂ ਹੈ ਤੁਹਾਨੂੰ ਦੱਸ ਦੇਈ ਕਿ ਬਾਕੀ ਵਰਗ ਦੇ ਲੋਕਾਂ ਨੂੰ 84 ਦਿਨ ਬਾਅਦ ਹੀ ਵੈਕਸੀਨ ਦੀ ਦੂਜੀ ਡੋਜ਼ ਲੱਗੇਗੀ ਕੇਵਲ ਵਿਦੇਸ਼ ਜਾਣ ਵਾਲੇ ਜਿਹੜੇ ਵਿਦਿਆਰਥੀ ਨੇ ਜਾਂ ਫਿਰ ਕੰਮ ਕਰਨ ਲਈ ਜਾਣ ਵਾਲੇ ਜੋ ਮਜ਼ਦੂਰ ਨੇ ਜਾਂ ਟੋਕੀਓ 올림픽 ਚ ਜਾਉਣਾਂ ਦੇ ਨਾਲ ਜਾਣ ਵਾਲੇ ਖਿਡਾਰੀ ਉਹੀ ਕੇਵਲ 28 ਦਿਨ ਬਾਅਦ ਵੈਕਸੀਨ ਦੀ ਦੂਜੀ ਡੋਜ਼ ਲਗਵਾ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੈਕਸੀਨ ਸਰਟੀਫਿਕੇਟ ਦੇ ਉੱਤੇ ਪਾਸਪੋਰਟ ਨੰਬਰ ਵੀ ਲਿਖਿਆ ਜਾਏਗਾ ਜਿਸ ਨੂੰ ਉਹ ਦਿਖਾ ਕੇ ਆਸਾਨੀ ਨਾਲ ਕਿਤੇ ਵੀ ਸਫ਼ਰ ਕਰ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਕੰਮ ਕਰਨ ਵਾਲੇ ਲੋਕਾਂ ਲਈ ਰਾਹਤ ਭਰੀ ਖਬਰ ਹੈ ਹੁਣ 28 ਦਿਨ ਬਾਅਦ ਵਿਦੇਸ਼ ਜਾਣ ਵਾਲੇ ਵਿਦਿਆਰਥੀ ਜਾਂ ਆਮ ਲੋਕ ਜਿਨ੍ਹਾਂ ਨੇ ਕਿਸੇ ਕੰਮ ਲਈ ਜਾਣਾ ਹੈ ਉਹ 28 ਦਿਨ ਬਾਅਦ ਵੈਕਸੀਨ ਲਗਵਾ ਸਕਦੇ ਨੇ ਪਹਿਲਾਂ ਜੇ ਆ ਹੁੰਦਾ ਸੀ ਕਿ 12 ਤੋਂ 16 ਹਫਤੇ ਦੇ ਬਾਅਦ ਹੀ ਵੈਕਸੀਨ ਦੀ ਦੂਜੀ ਡੋਜ਼ ਲਗਵਾਈ ਜਾ ਸਕਦੀ ਪਰ ਹੁਣ ਇਹ ਰਾਹਤ ਭਰੀ ਖਬਰ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਕੰਮ ਲਈ ਜਾਣ ਵਾਲੇ ਲੋਕਾਂ ਲਈ ਆ ਰਹੀ ਹੈ ਜਿਨ੍ਹਾਂ ਨੇ ਵਿਦੇਸ਼ ਜਾਣਾ ਹੈ ਉਹ 28 ਦਿਨ ਬਾਅਦ ਵੈਕਸੀਨ ਦੀ ਦੂਜੀ ਡੋਜ਼ ਲਗਵਾ ਸਕਦੇ ਨੇ ਹਾਲਾਂਕਿ ਉਹਨਾਂ ਦੇ ਸਰਟੀਫਿਕੇਟ ਤੇ ਜੇ ਪਹਿਲਾਂ ਉਹਨਾਂ ਦਾ ਪਾਸਪੋਰਟ ਨੰਬਰ ਨਹੀਂ ਲਿਖਿਆ ਗਿਆ ਤਾਂ ਦੂਜੀ ਵੈਕਸੀਨ ਦੇ ਦੌਰਾਨ ਵੀ ਉਹ ਪਾਸਪੋਰਟ ਦਾ ਨੰਬਰ ਜਿਹੜਾ ਉਹ ਵੈਕਸੀਨ ਸਰਟੀਫਿਕੇਟ ਤੇ ਨਹੀਂ ਲਖਵਾਉਣਗੇ